हाँ जी, सत श्री अकाल किसान वीरों, स्वागत है ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ। ਅੱਜ ਆਪਾਂ ਗੱਲ ਕਰਦੇ ਆਂ ਝੋਨੇ ਦੀਆਂ ਜਿਹੜੀਆਂ ਘੱਟ ਟਾਈਮ ਲੈਣ ਵਾਲੀਆਂ ਵੈਰਾਈਟੀਆਂ ਨੇ ਉਹਨਾਂ ਦੀ ਪਨੀਰੀ ਬੀਜਣ ਬਾਰੇ ਤੇ ਉਹਨਾਂ ਦੇ ਸਮੇਂ ਬਾਰੇ ਤੇ ਕੁਝ ਕੁ ਖਾਸ ਗੱਲਾਂ ਉਹਨਾਂ ਦੀ ਜੋ ਜਿਵੇਂ ਕਿ ਆਪਾਂ ਖਾਦ ਵਗੈਰਾ ਬਾਰੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਵੀ ਦੱਬ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹਿ ਸਕੋ। ਸੋ ਕਰਦੇ ਹਾਂ ਸ਼ੁਰੂਆਤ। ਜਿਵੇਂ ਕਿ ਅੱਜ ਕਿਸਾਨ ਵੀਰੋ ਜਿਹੜੀ ਤਰੀਕ ਆ ਇਹ ਹੈਗੀ 6/6/2022। ਸੋ ਗੱਲ ਕਰਦੇ ਹਾਂ ਅੱਜ ਜਿਵੇਂ ਕਿ ਹੁਣ ਇਸ ਟਾਈਮ 'ਤੇ ਕੁਛ ਕਿਸਾਨ ਵੀਰ ਜਲਦੀ ਕਰ ਰਹੇ ਨੇ PR 126/16/92/1509 ਬਾਸਮਤੀਆਂ ਨੇ ਜੋ ਜਾਂ ਪ੍ਰਾਈਵੇਟ ਜਿਵੇਂ ਕਿ ਕੁਛ ਵਰਾਇਟੀਜ਼ ਨੇਗੀਆਂ 100 ਟਾਈਮ ਵਾਲੀਆਂ 666 ਜਾਂ 2082 ਅਤੇ ਹੋਰ ਵੀ ਬਹੁਤ ਸਾਰੀਆਂ ਵਰਾਇਟੀਆਂ ਨੇ ਜੋ ਕਿ ਘੱਟ ਟਾਈਮ ਲੈਣ ਵਾਲੀਆਂ ਨੇ। ਉਹਨਾਂ ਨੂੰ ਮਤਲਬ ਕਿ ਜਿਹੜੀ ਪਨੀਰੀ ਆ ਪਨੀਰੀ ਦੀ ਬਿਜਾਈ ਦੇ ਵਿੱਚ ਕੁਛ ਕਿਸਾਨ ਵੀਰ ਜਲਦੀ ਕਰ ਰਹੇ ਨੇ। ਸੋ ਉਹ ਜਲਦੀ ਜਿਹੜੀ ਹੁਣ ਕਰ ਰਹੇ ਨੇ ਉਹ ਅੱਗੇ ਜਾ ਕੇ ਝਾੜ 'ਤੇ ਅਸਰ ਪਾਊਗੀ ਕਿਉਂਕਿ ਜਿਹੜੀ ਉਦੋਂ ਉਸ ਟਾਈਮ 'ਤੇ ਜਾ ਕੇ ਅੱਗੇ ਜਾ ਕੇ ਇਹਨਾਂ ਦਾ ਨਸਾਰੇ ਦਾ ਟਾਈਮ ਆਊ, ਦਾਣਾ ਬਣਨ ਦਾ ਟਾਈਮ ਆਊ, ਦਾਣਾ ਪੱਕਣ ਦਾ ਟਾਈਮ ਆਊ, ਤਾਂ ਉਹ ਹਾਈ ਟੈਂਪਰੇਚਰ 'ਚ ਆ ਸਕਦਾ ਕਿਉਂਕਿ ਜਿਵੇਂ ਕਿ ਪਿਛਲੀ ਸਾਲ ਕੁਛ ਕਿਸਾਨ ਵੀਰਾਂ ਦਾ ਕਹਿਣਾ ਕਿ ਅਸੀਂ ਥੋੜ੍ਹੀ ਜਿਹੀ ਅਗੇਤੀ ਲਾਈ ਸੀ ਪਰ ਉਸਦੇ ਸਾਨੂੰ ਵਧੀਆ ਰਿਜ਼ਲਟ ਮਿਲੇ, ਪਰ ਇਹ ਸੰਭਵ ਨਹੀਂ ਹੁੰਦਾ ਹਰ ਸਾਲ ਕਿ ਮੌਸਮ ਆਪਣਾ ਕਈ ਵਾਰੀ ਅਨੁਕੂਲ ਨਹੀਂ ਰਹਿੰਦਾ। ਸੋ ਜਿਹੜੇ ਜੇਕਰ ਆਪਾਂ ਲਾਉਂਦੇ ਹਾਂ ਲੇਟ ਤਾਂ ਉਸ ਟਾਈਮ 'ਤੇ ਕੁਦਰਤੀ ਗੱਲ ਆ ਕਿ ਜਿਹੜਾ ਮੌਸਮ ਆ ਉਹ ਅਨੁਕੂਲ ਬਣ ਹੀ ਜਾਂਦਾ ਕਿਉਂਕਿ ਉਸ ਤੋਂ ਬਾਅਦ ਰੁੱਤਾਂ ਨੇ ਬਦਲਣਾ ਹੁੰਦਾ। ਸੋ ਉਹ ਦਾਣੇ ਦੀ ਕੁਆਲਿਟੀ ਅਤੇ ਝਾੜ 'ਤੇ ਬਹੁਤ ਵੱਡਾ ਅਸਰ ਪਾਉਂਦਾ ਜਿਹੜਾ ਮੌਸਮ ਆ। ਸੋ ਇਸ ਕਰਕੇ ਜਿਹੜੀ ਇਸ ਦੀ ਪਨੀਰੀ ਆ ਜਿਹੜੀ ਆ ਜਿਵੇਂ ਕਿ ਆਪਾਂ ਖਾਸ ਕਰਕੇ ਗੱਲ ਕਰੀਏ PR 126 ਜਿਹੜੀ ਕਿ ਘੱਟ ਟਾਈਮ ਦੀ ਵਰਾਇਟੀ ਆ, ਬਸ ਸਿਰਫ 115-20 ਦਿਨਾਂ ਦੀ ਵਰਾਇਟੀ ਆ। ਸੋ ਜੇਕਰ ਆਪਾਂ ਗੱਲ ਕਰੀਏ ਉਸ ਦੀ ਤਾਂ ਉਸਦਾ ਟਾਈਮ ਹਜੇ ਆਪਾਂ ਕਹਿ ਸਕਦੇ ਹਾਂ ਕਿ ਹਜੇ ਅੱਜ 6 ਤਰੀਕ ਆ ਲਗਭਗ। ਸੋ ਇਸ ਤੋਂ ਬਾਅਦ ਆਪਾਂ 10 ਦਿਨ ਹਜੇ ਹੋਰ ਰੋਕਣਾ, ਜੇਕਰ ਆਪਾਂ 10 ਦਿਨ ਰੁਕ ਕੇ ਪੌਦ ਬੀਜਦੇ ਹਾਂ ਤਾਂ ਇਸ ਦੀ ਪੌਦ ਆ ਜਿਹੜੀ ਸਹੀ ਢੰਗ ਦੇ ਨਾਲ ਅਤੇ ਸਹੀ ਟਾਈਮ 'ਤੇ 16/92/1509 ਜਾਂ ਹੋਰ ਵੀ ਜੋ ਵੀ ਵਰਾਇਟੀਜ਼ ਨੇ ਇਹਨਾਂ ਦੀ ਪਨੀਰੀ ਆ ਜਿਹੜੀ ਜੇਕਰ ਆਪਾਂ ਅਜੇ ਨਾ ਬੀਜੀਏ ਤਾਂ ਆਪਾਂ ਨੂੰ ਜ਼ਿਆਦਾ ਬੈਨੀਫਿਟ ਮਿਲਣਾ ਕਿਉਂਕਿ ਇਹਨਾਂ ਦੀ ਪਨੀਰੀ ਅਗੇਤੀ ਤਿਆਰ ਹੋ ਜਾਂਦੀ ਆ। ਜਿਵੇਂ ਕਿ ਇਸ ਪਨੀਰੀ ਨੂੰ ਆਪਾਂ ਨੇ 25 ਕੁ ਦਿਨਾਂ ਦੇ ਵਿੱਚ ਲਾਉਣਾ ਹੀ ਹੁੰਦਾ, 22 ਦਿਨਾਂ ਤੋਂ ਲਾ ਕੇ 28-30 ਦਿਨਾਂ ਦੇ ਤੱਕ ਪਨੀਰੀ ਲਾਉਣੀ ਜ਼ਰੂਰੀ ਹੁੰਦੀ ਆ ਕਿਉਂਕਿ ਜੇਕਰ ਆਪਾਂ ਇਹਨੂੰ ਇਸ ਤੋਂ ਲੇਟ ਕਰਦੇ ਹਾਂ ਤਾਂ ਇਹਨਾਂ ਬੀਜਾਂ ਦੀ ਜਿਹੜੀ ਪਨੀਰੀ ਆ ਉਹ ਅੱਗੇ ਜਾ ਕੇ ਆਪਣੇ ਝਾੜ 'ਤੇ ਅਸਰ ਪਾਉਂਦੀ ਆ ਕਿਉਂਕਿ ਇਹਨਾਂ ਦੇ ਟਾਈਮ ਇਸ ਵਰਾਇਟੀ ਨੇ ਥੋੜ੍ਹਾ ਲੈਣਾ ਹੁੰਦਾ। ਸੋ ਫਟਾਰ ਵੀ ਘੱਟ ਕਰਨੀ ਹੁੰਦੀ, ਜਲਦੀ ਵਧਣਾ ਹੁੰਦਾ, ਇਸ ਕਰਕੇ ਇਹਨਾਂ ਦੀ ਪਨੀਰੀ ਆ ਜਿਹੜੀ 22-25 ਦਿਨਾਂ ਦੀ ਲੱਗ ਜੇ ਤਾਂ ਬਹੁਤ ਹੀ ਬੈਸਟ ਰਿਜ਼ਲਟ ਮਿਲਦੇ ਨੇ। ਸੋ ਆਪਾਂ ਪਨੀਰੀ ਬੀਜਣ ਦੀ ਟਾਈਮ ਦੀ ਗੱਲ ਹੋ ਗਈ ਕਿ 15 ਤਰੀਕ ਤੋਂ ਬਾਅਦ ਬੀਜ ਸਕਦੇ ਹਾਂ, ਉਸ ਤੋਂ ਪਹਿਲਾਂ ਜੇਕਰ ਆਪਾਂ ਬੀਜਾਂਗੇ ਤਾਂ ਉਹ ਆਪਣੀ ਪਨੀਰੀ ਵੀ ਜਲਦੀ ਤਿਆਰ ਹੋਜੂ ਅਤੇ ਆਪਾਂ ਫਿਰ ਮੰਨ ਕੇ ਚਲੋ ਕਿ 10 ਜੁਲਾਈ ਨੂੰ ਜੇਕਰ ਅੱਜ ਆਪਾਂ 15 ਅੱਜ ਵੀ ਬੀਜਦੇ ਹਾਂ ਮੰਨ ਕੇ ਚਲੋ ਜਾਂ 10 ਤਰੀਕ ਤੱਕ ਬੀਜਦੇ ਹਾਂ ਤਾਂ 5 ਜੁਲਾਈ ਤੱਕ ਇਹਨਾਂ ਦੀ ਪਨੀਰੀ ਤਿਆਰ ਹੋਜੂ। ਸੋ ਉਹ ਅਗੇਤੀ ਮੰਨੀ ਜਾਊਗੀ, ਇਸ ਕਰਕੇ ਬੇਨਤੀ ਆ ਕਿਸਾਨ ਵੀਰਾਂ ਨੂੰ ਕੋਸ਼ਿਸ਼ ਕਰਿਓ ਕਿ ਘੱਟੋ ਘੱਟ 1 ਹਫ਼ਤਾ ਨਹੀਂ 10 ਦਿਨ ਪੱਕਾ ਰੁਕ ਕੇ ਪੌਦੇ ਬੀਜਣੀ ਆ ਜਿਹੜੇ ਕਿਸਾਨ ਵੀਰਾਂ ਦੇ ਖਾਲੀ ਖੇਤ ਪਏ ਨੇ। ਉਸ ਤੋਂ ਬਾਅਦ ਜੇਕਰ ਕਿਸੇ ਕਿਸਾਨ ਵੀਰ ਦੇ ਜਿਹੜਾ ਖੇਤ ਆ ਖੇਤ ਦੇ ਵਿੱਚ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਮੂੰਗੀ ਬੀਜੀ ਆ ਜਾਂ ਮੱਕੀ ਬੀਜੀ ਆ ਪਕਾ ਮਤਲਬ ਅਚਾਰ ਵਾਲੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਹੋਰ ਕੋਈ ਜਿਵੇਂ ਕਿ ਢਾਂਚਾ ਵਗੈਰਾ ਯੰਤਰ ਯੰਤਰ ਬੀਜਿਆ, ਇਹਨਾਂ ਚੀਜ਼ਾਂ ਦੀ ਜੇਕਰ ਬਿਜਾਈ ਕੀਤੀ ਆ ਤਾਂ ਆਪਾਂ ਉਸ ਹਿਸਾਬ ਦੇ ਨਾਲ ਆਪਣੀ ਪੌਦ ਬੀਜਣੀ ਆ ਕਿ ਆਪਣੀ ਪੌਦ ਵੱਡੀ ਨਾ ਹੋਵੇ, ਆਪਣਾ ਖੇਤ ਉਸ ਤੋਂ ਪਹਿਲਾਂ ਖਾਲੀ ਚਾਹੀਦਾ ਆਪਾਂ ਨੂੰ। ਆਪਾਂ ਭਾਵੇਂ ਹੋਰ ਵੀ ਇਸ ਨੂੰ ਲੇਟ ਕਰ ਸਕਦੇ ਹਾਂ। ਸੋ ਪਿਛਲੇ ਸਾਲ ਦੇ ਤਜਰਬੇ ਤਾਂ ਇਹੀ ਕਹਿੰਦੇ ਨੇ ਕਿ ਜੇਕਰ ਜਿਵੇਂ ਕਿ ਪਿਛਲੇ ਸਾਲ ਆਪਾਂ ਜੇਕਰ ਗੱਲ ਕਰੀਏ 23 ਜੁਲਾਈ ਨੂੰ ਲੱਗੀ ਹੋਈ 126 PR 126 ਦੀ ਜਿਹੜੀ ਵਰਾਇਟੀ ਆ ਆਪਣੀ ਝੋਨੇ ਦੀ ਪਰਮਲ ਦੀ,
उस दी 100 120 दी जड़ी 23 जुलाई नू लगी हुई मतलब कि झोना ट्रांसप्लांट किया सी, मन के चलो 1 तरीक नू उदी पनीरी बीजी गई सी, 1 जुलाई नू 23 नू लग गई सी, बहुत वधिया रिजल्ट मिले उसदे। सो इस करके बेनती है कि आपने पनीरी नू वड्डी नहीं करना। हाँ अगे आउंदी आ पनीरी दी बजाई दी गल के इन्ना छेती पनीरी तैयार किवें कर सकदे। सो पनीरी नू आपने चंगे तरीके दे नाल वधिया साफ वाहन होवे, लेजर करिया होवे तां सब तो बेस्ट आ। सो उसनू चंगे तरीके दे नाल मतलब के मीडियम क्यारियां पा के अपने उहदे थल्ले जिन्नी भी अपने मतलब के जिवें कि सुपर जां जिंक जां जिहड़ी भी अपने तत्त देने ने उहनां नू थल्ले वधिया मात्रा दे विच देने ने तां कि अपनी जिहड़ी पनीरी आ उह बहुत छेती तैयार हो जाए। एक तो अपनी कोशिश होगी, दूसरी उस टाइम के उत्ते जो आप अगे जाके पनीरी बीजांगे तो अगे अपना मौसम ठीक हो जाता पनीरिया वास्ते, जिमें कि गेतियां पनीरिया ने इन्हें तो अपन ज़्यादा मेहनत करनी पैंती है, उससे उन्नी मेहनत नहीं करनी पैंती जेकर आप थले चंगे तरीके दे नाल प्रोपर खादा पा के बीजी आ। सो उस तो बाद आ जाती है कि पनीरी पुट के लाने की, जेडे किसान भीर जिमें कि PR 126 जां 1692 जां घट टाइम वाली जिहड़ियां भी 1509 वगैरह वरायटीज बीजते हैं। सो जिमें कि परमल आ जिहड़ी आपां इहदे ते कोशिश ये होनी चाहिए क्योंकि जिहड़ी इस नूं खाद पूरी करनी आ, खाद इस नूं बहुत जल्दी पूरी करनी पैंदी आ क्योंकि यह 100 टाइम की वरायटी होने करके जल्दी पकदी आ। कुछ आपां देख रहे हैं सोशल मीडिया से कुछ क वीर कह रहे हैं कि पहली किस्त आ जिहड़ी 15 जानी कि 3 हफ्ते या 4 हफ्तों तो पाओ तो दूसरी किस्त आ जिहड़ी 6 या 7 हफ्तों तो पाओ। सो वीरो हिसाब लाओ कि 7 हफ्ते किन्ने दिन के बन गए। सो आपने कूड़ प्रचार आ जिहड़ा उस तो थोड़ा जा इग्नोर करना, उसनों जल्दी इसकी जिहड़ी खाद आ जल्दी पूरी करनी है क्योंकि उस तो बाद जेकर आप लेट लैके जाने गे इसकी खाद आ जिहड़ी यूरिया नाइट्रोजन खास करके जेकर आप लेट लैके जाने तो उत्थे सिर्फ अपने पत्तियां दा मतलब कि फलौट ज़्यादा होजू अपने पौद्या की, तो हो सकता कद भी वध जाए अपने खेत का इहदा अपनी फसल का अपने खेत के। सो आपां नूं देखण नूं अखां नूं वधिया लग सकती है जिवें कि आपां नज़र मारांगे अपनी फसल, आपां नूं जदों लेट रे पावांगे रेट यूरिया वगैरह पावांगे रोज़ देवांगे अखां नूं आपां नूं देखण नूं वधिया लग सकती है, पर जिहड़ा अगे जाके उहदा रिजल्ट आ उह गलत ही आउणा क्योंकि पहला नंबर तो जेकर लेट आपां पाउणे आगे नाइट्रोजन वगैरह उहदे ते कीड़े मकौड़े जिहड़ा आपां कह सकदे आ कि बेद ज़्यादा पैंदा। दूसरा नंबर झाड़ घटदा क्योंकि जिहड़ी उहदी एनर्जी हैगी सारी पत्ते वगैरह वधाउण ते चली जाती है। सो कोशिश करिए जिन्नी भी आपां ने अपने खेत दे विच जिहड़ी मात्रा पाउणी आ खादां दी कुछ क आपां जिवें कह दईए 1.5 डोज आपां दे सकदे आ, जिन्नी भी आपां ने देनी आ मन के चलो कि 80 किलो यूरिया पाउणी आ जां 60 किलो पाउणी आ जां रिकमेंड 50-55 किलो आ जिन्नी भी पाउणी आ आपां उहनूं 1/2 नूं आपां थल्ले पा सकदे आ झोना लाउण तों पहलां यानी कि ट्रांसप्लांट करन तों पहलां। सो क्योंकि उस दे नाल जल्दी चलेगी तो अपनी रेह भी जल्दी पूरी हो जूगी अगे जाके जिहड़ी यूरिया अपनी जल्दी पूरी होजू क्योंकि शॉर्ट टाइम की वरायटी आपां इहनूं जल्दी तो जल्दी रेह पूरी करके इसनूं तोड़ना। तो अगे जिहड़ी बासमती आ गई बासमती का रंग आ जिहड़ा उह हल्के रंग की होवे तां सारिआं तों बैस्ट रहिंदी आ। सो हल्के रंग की तां ही होगी जेकर आपां इस दीआं रेह वगैरह पहलां आपां यूरिया वगैरह पहलां पूरी कर दीए तां पिछो उहदे ते कीट पतंगे घट आउणगे जेकर उसका रंग थोड़ा मतलब हल्के रंग की होगी। सो ये सी कुछ क शॉर्ट टाइम वाली वरायटीज बारे गल्लां बातां आपां बाकी आने वाले टाइम के भी करते रहेंगे। सो अपने अपने प्रैक्टिकल के आधार पर ते अपने अपनी समझ दे नाल जिहड़ी इस चीज़ नूं तैयार करना। सो वीडियो देखने लई धन्नवाद जी, जेकर वीडियो वधिया लगी तां अगे होर किसान वीरां दे नाल भी शेयर करो। धन्नवाद जी।